12वीं जमात ਦੇ ਪੰਜਾਬੀ ਸਾਹਿਤ ਦੇ ਸਮੂਹ ਵਿਦਿਆਰਥੀਓ ਅਤੇ ਤੁਹਾਡੇ ਨਾਲ ਐਜੂਸੈਟ ਕਮਰਿਆਂ ਵਿੱਚ ਪਹੁੰਚੇ ਪੰਜਾਬੀ ਲੈਕਚਰਰ ਸਹਿਬਾਨ ਜੀਓ ਆਪ ਸਭਨਾਂ ਦਾ ਅੱਜ ਦੇ ਇਸ ਪਾਠ ਵਿੱਚ ਮੇਰੇ ਵੱਲੋਂ ਨਿੱਘਾ ਸਵਾਗਤ ਹੈ ਜੀ ਹਾਜ਼ਰ ਹਾਂ ਜੀ ਅੱਜ ਫਿਰ ਇੱਕ ਨਵੇਂ ਪਾਠ ਦੇ ਨਾਲ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਵਿਦਿਆਰਥੀ ਅੱਜ ਦੇ ਇਸ ਪਾਠ ਨੂੰ ਸੁਣਨ ਸਮਝਣ ਤੇ ਗ੍ਰਹਿਣ ਕਰਨ ਦੇ ਲਈ ਵੀ ਓਨੇ ਹੀ ਤਿਆਰ ਨੇ ਬੱਚਿਓ ਅੱਜ ਦਾ ਜੋ ਵਿਸ਼ਾ ਹੈ ਸਾਡੇ ਪਾਠ ਦਾ ਉਹ ਇੱਕ ਅਜਿਹੀ ਸ਼ਖਸੀਅਤ ਦੇ ਬਾਰੇ ਵਿੱਚ ਜਿਨ੍ਹਾਂ ਨੂੰ ਤੁਸੀਂ ਚਿਰ ਤੋਂ ਜਾਣਦੇ ਹੋ ਛੋਟੀਆਂ ਜਮਾਤਾਂ ਤੋਂ ਹੀ ਪੜ੍ਹਦੇ ਆ ਰਹੇ ਹੋ ਬਹੁਤ ਛੋਟੀਆਂ ਜਮਾਤਾਂ ਦੇ ਵਿੱਚ ਹੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਦਾ ਲੇਖ ਲਿਖਣਾ ਆ ਜਾਂਦਾ ਅਤੇ ਤੁਸੀਂ ਬਹੁਤ ਸੌਖਾ ਵੀ ਅਨੁਭਵ ਕਰਦੇ ਹੋ ਕਿ ਜਦੋਂ ਛੋਟੀਆਂ ਜਮਾਤਾਂ ਦੇ ਬੱਚਿਆਂ ਨੂੰ ਪੁੱਛੋ ਤਾਂ ਲੇਖ ਬਾਰੇ ਉਹ ਫਟਾਫਟ ਕਹਿੰਦੇ ਨੇ ਜੀ ਗੁਰੂ ਨਾਨਕ ਦੇਵ ਜੀ ਦਾ ਲੇਖ ਸਾਨੂੰ ਯਾਦ ਹੈ ਅਸੀਂ ਫਟਾਫਟ ਲਿਖ ਸਕਦੇ ਹਾਂ ਹਾਂਜੀ ਅੱਜ ਦੀ ਸਾਡੀ ਜਿਹੜੀ ਗੱਲਬਾਤ ਹੈ ਅੱਜ ਦਾ ਪਾਠ ਹੈ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦੇ ਬਾਰੇ ਵਿੱਚ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਵਿੱਚ ਹੋਰ ਜਾਣਾਂਗੇ ਕਿ ਬੱਚਿਓ ਕਿਉਂਕਿ ਅਸੀਂ ਸਾਹਿਤ ਦੇ ਵਿਦਿਆਰਥੀ ਹਾਂ ਪੰਜਾਬੀ ਸਾਹਿਤ ਦੇ ਨਾਲ ਜੁੜੇ ਹੋਏ ਹਾਂ ਅਤੇ ਛੋਟੀਆਂ ਜਮਾਤਾਂ ਦੇ ਵਿੱਚ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀਆਂ ਜੀਵਨ ਦੀਆਂ ਘਟਨਾਵਾਂ ਬਾਰੇ ਜ਼ਰੂਰ ਪੜ੍ਹ ਕੇ ਆਇਓ ਜ਼ਿਆਦਾ ਜਾਣਦੇ ਹੋ ਸਭ ਕੁਝ ਪਤਾ ਪਰ ਅੱਜ ਅਸੀਂ ਉਹਨਾਂ ਦੀ ਸ਼ਖਸੀਅਤ ਨੂੰ ਪਛਾਣਾਂਗੇ ਉਹਨਾਂ ਦੀਆਂ ਰਚਨਾਵਾਂ ਦੇ ਰਾਹੀਂ ਕਿਉਂਕਿ ਅਸੀਂ ਸਾਹਿਤ ਦੀ ਪੜਚੋਲ ਕਰਦੇ ਹੋਏ ਸ਼ਖਸੀਅਤ ਨੂੰ ਸਮਝਦੇ ਹਾਂ ਸਾਹਿਤ ਦੇ ਸ਼ੀਸ਼ੇ ਰਾਹੀਂ ਸ਼ਖਸੀਅਤ ਨੂੰ ਸਮਝਣ ਦਾ ਯਤਨ ਕਰਾਂਗੇ ਥੋੜ੍ਹਾ ਜਿਹਾ ਵੇਰਵਾ ਉਹਨਾਂ ਦੇ ਜੀਵਨ ਬਾਰੇ ਗੱਲ ਕਰਦੇ ਹਾਂ ਸ਼ੁਰੂ ਬੱਚਿਓ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੇ ਜਨਮ ਦੇ ਸਾਲ ਬਾਰੇ 1469 ਈਸਵੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਰਾਏ ਭੋਏ ਦੀ ਤਲਵੰਡੀ ਉਸ ਇਲਾਕੇ ਨੂੰ ਉਸ ਵੇਲੇ ਆਖਿਆ ਜਾਂਦਾ ਸੀ ਅੱਜ ਕੱਲ੍ਹ ਇਹ ਜਗ੍ਹਾ ਸ਼੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਅਤੇ ਇਹ ਇਲਾਕਾ ਪਾਕਿਸਤਾਨ ਦੇ ਵਿੱਚ ਹੈ 1947 ਦੀ ਦੇਸ਼ ਵੰਡ ਦੇ ਵਿੱਚ ਇਹ ਇਲਾਕਾ ਪਾਕਿਸਤਾਨ ਦੇ ਹਿੱਸੇ ਆਇਆ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਸ਼੍ਰੀ ਮਹਿਤਾ ਕਲਿਆਣ ਦਾਸ ਜੀ ਸੀ ਜੋ ਪੇਸ਼ੇ ਤੋਂ ਪਟਵਾਰੀ ਸੀ ਅਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਸ਼੍ਰੀਮਤੀ ਤ੍ਰਿਪਤਾ ਦੇਵੀ ਜੀ ਸੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਅਖਵਾਏ ਗੁਰੂ ਜੀ ਦੇ ਜੀਵਨ ਦੇ ਬਾਰੇ 'ਚ ਗੱਲ ਕਰਦੇ ਹੋਏ ਕਿ ਉਹ ਸ਼ੁਰੂ ਤੋਂ ਹੀ ਛੋਟੀ ਉਮਰ ਤੋਂ ਹੀ ਬੜੇ ਅਧਿਆਤਮਿਕ ਵਿਚਾਰਾਂ ਵਾਲੇ ਸੀ ਅਤੇ ਉਹਨਾਂ ਦਾ ਜਿਹੜਾ ਮਨ ਸੀ ਉਹ ਡੂੰਘੀ ਲੀਨ ਦੇ ਵਿੱਚ ਲੱਗਿਆ ਰਹਿੰਦਾ ਸੀ ਘਰ ਬਾਰ ਦੇ ਕੰਮਾਂ ਜਾਂ ਦੁਨੀਆਦਾਰੀ ਦੀ ਉਹਨਾਂ ਨੂੰ ਇੰਨੀ ਪਰਵਾਹ ਨਹੀਂ ਸੀ ਉਹਨਾਂ ਦੇ ਇਸ ਰਵੱਈਏ ਨੂੰ ਦੇਖ ਕੇ ਘਰ ਦੇ ਥੋੜ੍ਹਾ ਪਰੇਸ਼ਾਨ ਵੀ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਪੁੱਤਰ ਜਿਹੜਾ ਉਹ ਦੁਨੀਆਦਾਰੀ ਸਿੱਖੇ ਅਤੇ ਦੁਨਿਆਵੀ ਕੰਮਾਂ ਦੇ ਵਿੱਚ ਲੱਗੇ ਪਰ ਉਹਨਾਂ ਦਾ ਮਨ ਕੁਦਰਤੀ ਤੌਰ 'ਤੇ ਹੀ ਅਧਿਆਤਮਿਕ ਨਾਲ ਜੁੜਿਆ ਹੋਇਆ ਸੀ ਅਧਿਆਤਮਿਕ ਵਿਚਾਰਾਂ ਵੱਲ ਉਹ ਲੱਗੇ ਰਹਿੰਦੇ ਸੀ ਤਾਂ 18 ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਕਰ ਦਿੱਤਾ ਗਿਆ ਅਤੇ ਆਪ ਦੇ ਘਰ ਦੋ ਪੁੱਤਰਾਂ ਦਾ ਜਨਮ ਵੀ ਹੋਇਆ ਪਰ ਘਰ ਬਾਰ ਦੇ ਬੰਧਨ ਪਰਿਵਾਰਿਕ ਜੀਵਨ ਵੀ ਆਪ ਨੂੰ ਬਹੁਤ ਦੇਰ ਤੱਕ ਬੰਨ੍ਹ ਕੇ ਨਾ ਰੱਖ ਸਕੇ ਅਤੇ ਉਹਨਾਂ ਨੇ 30 ਸਾਲ ਦੀ ਉਮਰ ਦੇ ਵਿੱਚ ਘਰ ਬਾਰ ਛੱਡ ਕੇ ਯਾਤਰਾ ਆਰੰਭੀ ਜਿਨ੍ਹਾਂ ਨੂੰ ਉਦਾਸੀਆਂ ਦਾ ਨਾਮ ਦਿੱਤਾ ਜਾਂਦਾ ਹੈ ਗੁਰੂ ਜੀ ਨੇ 4 ਉਦਾਸੀਆਂ ਕੀਤੀਆਂ ਸੰਸਾਰ ਦੇ ਸਿਰਫ ਭਾਰਤ ਵਿੱਚ ਹੀ ਨਹੀਂ ਭਾਰਤ ਦੇ ਇਲਾਕੇ ਹੀ ਨਹੀਂ ਸੰਸਾਰ ਦੇ ਕਈ ਦੇਸ਼ਾਂ ਦੀ ਯਾਤਰਾ ਉਹਨਾਂ ਨੇ ਕੀਤੀ ਜਿਨ੍ਹਾਂ ਵਿੱਚ ਅਫਗਾਨਿਸਤਾਨ ਈਰਾਨ ਅਤੇ ਮੱਧ ਪੂਰਬ ਦੇ ਕਈ ਦੇਸ਼ ਸ਼ਾਮਿਲ ਨੇ ਇਹਨਾਂ ਯਾਤਰਾਵਾਂ ਦੇ ਦੌਰਾਨ ਉਹਨਾਂ ਦੀ ਮੁਲਾਕਾਤ ਕਈ ਸ਼ਖਸੀਅਤਾਂ ਕਈ ਲੋਕਾਂ ਦੇ ਨਾਲ ਹੋਈ ਅਤੇ ਉਹਨਾਂ ਨੇ ਸੱਚ ਦਾ ਪ੍ਰਚਾਰ ਆਪਣੇ ਵਿਚਾਰਾਂ ਦਾ ਪ੍ਰਚਾਰ ਥਾਂ ਥਾਂ 'ਤੇ ਜਾ ਕੇ ਕੀਤਾ ਅਤੇ ਜਿੱਥੇ ਜਿੱਥੇ ਵੀ ਗਏ ਉੱਥੇ ਲੋਕਾਂ ਨੂੰ ਇੱਕ ਪੂਰੇ ਸੱਚ ਦੇ ਨਾਲ ਜੁੜਨ ਦੀ ਸਲਾਹ ਦਿੱਤੀ ਵਹਿਮਾਂ ਭਰਮਾਂ ਤੋਂ ਉੱਪਰ ਉੱਠਣ ਅਤੇ ਪਖੰਡਾਂ ਤੋਂ ਪਰੇ ਰਹਿਣ ਵਾਲਾ ਜੀਵਨ ਜਿਉਣ ਦੀ ਪ੍ਰੇਰਨਾ ਉਹਨਾਂ ਨੇ ਦਿੱਤੀ
गुरु नानक देव जी दी शख्सियत इस तरह दी सी कि उन्हां ओ सांझे पीर रखवाए उन्हां दे मन दे विच एकता दा भाव ओ एक परमात्मा दे विच यकीन रखदे सी ते जिथे जिथे भी संसार दे विच ओ गए उन्हां ने लोकां दे वहम भरम तोड़े ते उन्हां नूं सच मनवा के दिखाया कि किस तरह असी आम जीवन दे विच वहमां भरमां ते पखंडां विच उलझे पए आं ते सादा जीवन ज्यों के भी असी परमात्मा दी प्राप्ति कर सकदे आं बिल्कुल घर बार त्यागे बिना आम दिखाव्यां तो बिना कर्मकांडां तो बिना भी परमात्मा हासिल हो सकदा है। इस जीवन दे विच ही एक दूजे दे प्रति सुहिरदता रख के अमली रूप दे विच असी काम जदों करदे आं संसार दी बेहतरी दे लई ते ओह भी परमात्मा नूं पाउण दे बराबर ही हुंदा है। हुण गल करदे आं उहनां दीआं रचनावां बारे। बच्चों गुरु नानक देव जी दे कुल 974 शब्द श्री गुरु ग्रंथ साहिब जी दे विच दर्ज ने। सारी दी सारी रचना गुरु ग्रंथ साहिब विच दर्ज है। उहनां दीआं प्रमुख रचनावां दे नाम तुसी स्क्रीन ते लिखे देख पा रहे हो। जप जी साहिब, सिद्ध गोष्ठ, पट्टी, वार राग आसा, वार राग माझ, वार राग मलार, बारामा, तुखारी, सोहला, अलौनिया, बाबरवाणी, अष्टपदियां, दखनी ओंकार, पहरे, कुछ शब्द ते श्लोक, इस प्रकार दियां उन्हां दियां रचनावां ने। ते इन्हां इह सारियां जिहड़ियां रचनावां ने ओह रागां ते आधारित ने। 19 राग उन्हां दी बाणी दे विच मिलदे ने। जिन्नी दी जिन्नी बाणी आ सारी रागबद्ध आ, सिर्फ जपजी साहिब नूं छड के 19 रागां दे विच बाणी जिहड़ी आ ओह रची गई आ। ते भाषावां कई सारियां अरबी फारसी विच रलावट है, पर ठुक जिहड़ी आ ओह पंजाबी दी ही है। आम जिहड़ी भाषा है उहनां दी सानूं समझ लगदी आ। सो जे असीं गल करिए उन्हां दी बाणी दे विषयां दी कि गुरु नानक देव जी दी जिहड़ी रचना है जो उन्हां ने बाणी रची उस दे विच विषय किस प्रकार दे ने, तां वर्गां दे आधार ते जे असीं वंड करिए तां 3 वर्गां दे विच उन्हां दी बाणी नूं वंडिया जा सकदा है। पहला वर्ग है अध्यात्मिक विषय, ओहो जिहे विषय जो अध्यात्मवाद जां रहस्यवाद दी गल करदे आ, इंसान नूं परमात्मा दे नाल जोड़न, उस दी भगती करन वल जोड़दे ने, उस तरह दे विषय उन्हां दी बाणी दे विच ने। दूसरा वर्ग समाजिक विषयां दा है, समें दे हालातां, उस वेले दे समाज नूं देखदे होए उस दे बारे विच रचनावां रचनियां समाजिक विषय बन जांदे ने। ते तीसरा जिहड़ा वर्ग है उन्हां दी बाणी दा दे विषयां दा ओह है राजनीतिक। बच्चो गुरु नानक देव जी चाहे अध्यात्मिक विचारां वाले सी, भगती भाव विच लीन रहिंदे सी, पर फिर भी उस वेले दे राजनीति, उस वेले दे लोकां दा जीवन ते उस समें दे हाकमां दा किहो जिहा योगदान सी, किस तरह दा उन्हां दा रवैया सी, उस ते भी उन्हां ने करारी चोट व्यंग कीता। ते बहुत सारियां रचनावां दे विच उन्हां ने राजनीतिक विषय छोहिया। सो ये 3 विषय उन्हां दी बाणी दे विच प्रमुख रूप विच मिलदे ने। इन्हां विषयां दे बारे विच होर वेरवे सहित गल करदे आं। मूल रूप विच गुरु नानक देव जी दी जिहड़ी बाणी आ जां जिन्नी भी रचना है ओह ये दर्शाउंदी आ कि ओह अध्यात्मिक ते रहस्यवादी कवि होए। अध्यात्मिक शब्द बार बार आ रहा है ते रहस्यवाद, रहस्यवाद शब्द का अर्थ है रहस्य तो भाव हुंदा है राज, किसी डूंगे राज नूं, किसी लुकमें भेद नूं समझा देना सौखे तरीके दे नाल। अध्यात्मिक परमात्मा दे नाल जुड़ना, मन नूं उस दी भगती दे विच लीन रखना, इस प्रकार दियां जिहड़ियां गल्लां ने जां विषय ने ओह अध्यात्मिक ते रहस्यवाद अखवाउंदे ने।
ਅਕਸਰ ਇਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਮੈਂ ਵਿਦਿਆਰਥੀਆਂ ਨੂੰ ਉਲਝਦੇ ਦੇਖਦੀ ਹਾਂ ਕਿ ਰਹੱਸਵਾਦ ਕੀ ਹੈ ਜੀ, ਅਧਿਆਤਮਿਕ ਤੋਂ ਕੀ ਭਾਵ ਹੈ ਜੀ। ਬੱਚੋ, ਕੋਈ ਇਹਦੇ ਵਿੱਚ ਇੰਨੀ ਔਖੀ ਗੱਲ ਨਹੀਂ, ਸਿਰਫ ਇਹੀ ਆ ਕਿ ਡੂੰਘੀਆਂ ਗੱਲਾਂ ਜਿਨ੍ਹਾਂ ਨੂੰ ਆਮ ਤੌਰ 'ਤੇ ਅਸੀਂ ਨਹੀਂ ਸਮਝਦੇ, ਡੂੰਘੇ ਰਾਜ, ਡੂੰਘੇ ਭੇਦ ਉਹਨਾਂ ਨੂੰ ਸਮਝਾ ਦੇਣਾ, ਲੁਕਵੇਂ ਸ੍ਰਿਸ਼ਟੀ ਦੇ ਜੋ ਅਸੂਲ ਨੇ ਉਹਨਾਂ ਨੂੰ ਸਮਝਾ ਦੇਣਾ ਰਹੱਸਵਾਦ ਅਤੇ ਅਧਿਆਤਮਵਾਦ ਅਖਵਾਉਂਦਾ। ਉਹਨਾਂ ਦੀ ਰਚਨਾ ਦਾ ਮੂਲ ਸੁਰ ਦਾਰਸ਼ਨਿਕ ਹੈ, ਵਿਚਾਰਾਂ 'ਤੇ ਆਧਾਰਿਤ ਹੈ। ਜਿੰਨੀ ਵੀ ਰਚਨਾ ਹੈ ਉਹਦੇ ਵਿੱਚ 15ਵੀਂ ਸਦੀ ਦੀਆਂ ਜਿੰਨੀਆਂ ਵਿਚਾਰਧਾਰਾਵਾਂ ਸੀ, ਚਾਹੇ ਉਹ ਵਿਗਿਆਨਕ ਸੀ, ਚਾਹੇ ਉਹ ਧਾਰਮਿਕ ਸੀ, ਉਹ ਗੁਰੂ ਨਾਨਕ ਦੇਵ ਜੀ ਦੀ ਸੋਚ, ਉਹਨਾਂ ਦੇ ਦਰਸ਼ਨ, ਉਹਨਾਂ ਦੀ ਫਿਲੋਸਫੀ ਦਾ ਆਧਾਰ ਹੈ। ਜੋ ਤੁਸੀਂ ਰਚਨਾਵਾਂ ਪੜ੍ਹਦੇ ਹਾਂ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੂੰ ਉਸ ਵੇਲੇ ਦੀਆਂ ਸਾਰੀਆਂ ਵਿਚਾਰਧਾਰਾਵਾਂ ਬਾਰੇ ਜਾਣਕਾਰੀ ਸੀ। ਉਹਨਾਂ ਦੇ ਵਿਚਾਰ ਬਹੁਤ ਖੁੱਲ੍ਹੇ ਅਤੇ ਬਹੁਤ ਜ਼ਿਆਦਾ ਜਾਗਰੂਕਤਾ ਪ੍ਰਦਾਨ ਕਰਨ ਵਾਲੇ ਨੇ। ਬੱਚਿਓ, ਗੁਰੂ ਨਾਨਕ ਦੇਵ ਜੀ ਦਾ ਬ੍ਰਹਮ ਦੀ ਹੋਂਦ ਵਿੱਚ ਇਸ ਸ੍ਰਿਸ਼ਟੀ ਨੂੰ ਜਿਸਨੇ ਸਿਰਜਿਆ ਹੈ, ਸਿਰਜਣਹਾਰ ਦੀ ਹੋਂਦ ਹੈ, ਇਸ ਵਿੱਚ ਉਹਨਾਂ ਦਾ ਪੂਰਾ ਯਕੀਨ ਸੀ। ਉਹ ਮੰਨਦੇ ਸੀ ਕਿ ਬ੍ਰਹਮ ਦੀ ਹੋਂਦ ਹੈ, ਕਿਸੇ ਨਾ ਕਿਸੇ ਸ਼ਕਤੀ ਨੇ, ਕੋਈ ਇਹੋ ਜਿਹੀ ਸ਼ਕਤੀ ਹੈ ਜਿਸਨੇ ਇਸ ਸਾਰੇ ਸੰਸਾਰ ਨੂੰ ਸਾਜਿਆ, ਜਿਸ ਨੂੰ ਬ੍ਰਹਮ ਦਾ ਨਾਮ ਦਿੱਤਾ ਜਾਂਦਾ ਹੈ। ਉਸ ਦੀ ਹੋਂਦ ਵਿੱਚ ਉਹਨਾਂ ਦਾ ਪੂਰਨ ਵਿਸ਼ਵਾਸ ਸੀ ਅਤੇ ਸ੍ਰਿਸ਼ਟੀ ਦੀ ਜਿਹੜੀ ਰਚਨਾ ਹੈ ਉਹਦਾ ਕੀ ਆਧਾਰ ਹੈ, ਕਿਉਂ ਰਚਨਾ ਹੋਈ ਹੈ ਅਤੇ ਮਨੁੱਖੀ ਜੀਵਨ ਦਾ ਕੀ ਪ੍ਰਯੋਜਨ ਹੈ, ਇਸ ਜੀਵਨ ਵਿੱਚ ਆਉਣ ਦਾ ਸਾਡਾ ਕੀ ਉਦੇਸ਼, ਕੀ ਪਰਪਸ, ਕੀ ਮੰਤਵ ਹੈ, ਇਹ ਉਹਨਾਂ ਦੀ ਰਚਨਾ ਦੇ ਮੁੱਖ ਵਿਸ਼ੇ ਰਹੇ। ਉਹਨਾਂ ਦੇ ਸੰਕਲਪ, ਉਹਨਾਂ ਦੀ ਸੋਚ, ਉਹਨਾਂ ਦੀ ਵਿਚਾਰਧਾਰਾ ਦੀ ਜੇ ਗੱਲ ਕਰੀਏ ਕਿ ਬ੍ਰਹਮ ਦੇ ਬਾਰੇ ਵਿੱਚ ਉਹਨਾਂ ਦੇ ਵਿਚਾਰ ਜਾਂ ਇਸ ਸ੍ਰਿਸ਼ਟੀ ਨੂੰ ਸਿਰਜਣ ਵਾਲੇ ਪਰਮਾਤਮਾ ਰੱਬ ਦੇ ਬਾਰੇ ਵਿੱਚ ਉਹਨਾਂ ਦੇ ਕੀ ਵਿਚਾਰ ਸੀ, ਤਾਂ ਉਹਨਾਂ ਦੀਆਂ ਰਚਨਾਵਾਂ ਤੋਂ ਹੀ ਪਤਾ ਲੱਗਦਾ ਹੈ ਕਿ ਉਹਨਾਂ ਦੀ ਬ੍ਰਹਮ ਦੀ ਹੋਂਦ ਦੇ ਵਿੱਚ ਵਿਸ਼ਵਾਸ ਸੀ ਅਤੇ ਉਹ ਇਹ ਮੰਨਦੇ ਸੀ ਕਿ ਜੋ ਬ੍ਰਹਮ ਹੈ, ਜੋ ਪਰਮਾਤਮਾ ਹੈ, ਉਹ ਸਮੁੱਚੇ ਬ੍ਰਹਿਮੰਡ ਵਿੱਚ ਹੈ, ਪੂਰੇ ਸੰਸਾਰ ਦੇ ਵਿੱਚ ਉਸਦਾ ਪਸਾਰਾ ਹੈ, ਪਰ ਉਹ ਕਿਸੇ ਇੱਕ ਰੂਪ ਦੇ ਵਿੱਚ ਬੱਝਦਾ ਨਹੀਂ। ਕੋਈ ਇੱਕ ਆਕਾਰ, ਕੋਈ ਇੱਕ ਸ਼ਕਲ ਨਹੀਂ ਕਹਿ ਸਕਦੇ ਕਿ ਇਹ ਪਰਮਾਤਮਾ ਹੈ ਜਾਂ ਇਹ ਬ੍ਰਹਮ ਆ। ਉਹ ਸੰਸਾਰ ਦੇ ਸਾਰੇ ਰੂਪਾਂ ਵਿੱਚ, ਜ਼ਰਰੇ ਜ਼ਰਰੇ ਦੇ ਵਿੱਚ ਉਸਦੀ ਹੋਂਦ ਸ਼ਾਮਿਲ ਹੈ। ਸੋ ਉਹ ਇੰਨਾ ਜ਼ਿਆਦਾ ਫੈਲਿਆ ਹੋਇਆ ਕਿ ਪੂਰੇ ਸੰਸਾਰ ਦੇ ਵਿੱਚ ਹਾਜ਼ਰ ਹੈ ਅਤੇ ਉਸਨੂੰ ਕਿਸੇ ਇੱਕ ਰੂਪ ਦੇ ਵਿੱਚ, ਕਿਸੇ ਇੱਕ ਆਕਾਰ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ। ਇਸੇ ਲਈ ਹੀ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਬ੍ਰਹਮ ਬਾਰੇ ਸੰਕਲਪ ਨਿਰਗੁਣ ਅਤੇ ਸਰਗੁਣ ਦੋਨੋਂ ਤਰ੍ਹਾਂ ਦਾ ਹੈ। ਨਿਰਗੁਣ ਤੋਂ ਭਾਵ ਉਹ ਜੋ ਕਿਸੇ ਇੱਕ ਰੂਪ ਵਿੱਚ ਨਹੀਂ ਹੋ ਸਕਦਾ, ਉਸਦਾ ਕੋਈ ਆਕਾਰ ਹੀ ਨਹੀਂ, ਉਸਦਾ ਕੋਈ ਸ਼ਕਲ ਨਹੀਂ, ਕੋਈ ਸਾਬਤ ਸੂਰਤ ਨਹੀਂ, ਉਹ ਨਿਰਗੁਣ ਹੈ। ਸਰਗੁਣ ਤੋਂ ਭਾਵ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਮੌਜੂਦ ਹੈ, ਸਾਰੇ ਸੰਸਾਰ ਦੇ ਵਿੱਚ ਸਜੀਵ ਨਿਰਜੀਵ ਹਰ ਵਸਤੂ ਦੇ ਵਿੱਚ ਉਹ ਮੌਜੂਦ ਹੈ। ਸੋ ਨਿਰਗੁਣ ਅਤੇ ਸਰਗੁਣ ਦਾ ਜਿਹੜਾ ਸੰਕਲਪ ਹੈ, ਜਿਹੜੀ ਸੋਚ ਹੈ, ਇਹ ਉਹਨਾਂ ਦੀ ਬ੍ਰਹਮ ਦੇ ਬਾਰੇ ਵਿੱਚ ਸੀ। ਪਰਮਾਤਮਾ ਦੇ ਇਸ ਰੂਪ ਨੂੰ ਮਹਿਸੂਸ ਕਰਨਾ, ਅਨੁਭਵ ਕਰਨਾ ਕਿ ਉਹ ਦਿਖ ਨਹੀਂ ਰਿਹਾ, ਕਿਤੇ ਵੀ ਸਾਨੂੰ ਕੋਈ ਆਕਾਰ ਨਜ਼ਰ ਨਹੀਂ ਆ ਰਿਹਾ, ਪਰ ਉਹ ਜ਼ਰਰੇ ਜ਼ਰਰੇ ਵਿੱਚ ਹੈ, ਉਸਨੂੰ ਮਹਿਸੂਸ ਕਰਨਾ, ਉਸਦਾ ਅਨੁਭਵ ਕਰਨਾ ਹੀ ਰੱਬ ਦੀ ਪ੍ਰਾਪਤੀ ਹੈ, ਜਿਸ ਦੀ ਮਨੁੱਖ ਨੂੰ ਤਲਾਸ਼ ਹੈ, ਭਾਲ ਹੈ। ਸਦੀਆਂ ਸਦੀਆਂ ਤੋਂ ਰੱਬ ਦੀ ਪ੍ਰਾਪਤੀ ਦੇ ਲਈ ਇਨਸਾਨ ਯਤਨ ਕਰ ਰਿਹਾ ਹੈ। ਸੋ ਗੁਰੂ ਜੀ ਦੇ ਅਨੁਸਾਰ ਉਸ ਰੂਪ ਨੂੰ ਹਰ ਜ਼ਰਰੇ ਦੇ ਵਿੱਚ ਮਹਿਸੂਸ ਕਰ ਲੈਣਾ ਹੀ ਰੱਬ ਦੀ ਪ੍ਰਾਪਤੀ ਹੈ। ਸੋ ਇਸ ਤਰ੍ਹਾਂ ਦਾ ਜੋ ਬ੍ਰਹਮ ਹੈ ਉਹ ਨਿਰਭਉ ਹੈ, ਡਰ ਤੋਂ ਰਹਿਤ ਹੈ, ਉਸਨੂੰ ਕਿਸੇ ਦਾ ਭੈ ਨਹੀਂ, ਨਿਰਵੈਰ ਹੈ, ਉਸਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ, ਅਤੇ ਨਿਰਾ ਆਕਾਰ ਹੈ, ਉਸਦਾ ਕੋਈ ਆਕਾਰ ਵੀ ਨਹੀਂ। ਸਾਰੀ ਸ੍ਰਿਸ਼ਟੀ ਉਸਦੇ ਭਾਣੇ ਦੇ ਅੰਦਰ ਚੱਲ ਰਹੀ ਹੈ, ਉਸਦੀ ਰਜ਼ਾ ਦੇ ਵਿੱਚ ਪੱਤਾ ਪੱਤਾ ਸਭ ਹਿਲਦਾ, ਉਸ ਤੋਂ ਬਿਨਾਂ, ਉਸਦੇ ਭਾਣੇ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਇਸੇ ਭਾਣੇ ਨੂੰ, ਇਸੇ ਰਜ਼ਾ ਨੂੰ
ਕਿਤੇ ਭੈ ਕਹਿ ਦਿੱਤਾ ਜਾਂਦਾ ਹੈ ਅਤੇ ਕਿਤੇ ਹੁਕਮ ਕਹਿ ਦਿੱਤਾ ਜਾਂਦਾ ਹੈ। ਕਿਸੇ ਵੇਲੇ ਡਰ ਨਾਲ ਅਸੀਂ ਉਸ ਭਾਣੇ ਨੂੰ ਮੰਨਦੇ ਹਾਂ, ਕਦੇ ਉਸਦਾ ਹੁਕਮ ਸਮਝ ਕੇ ਉਸ ਭਾਣੇ ਦੇ ਅੰਦਰ ਚੱਲਦੇ ਹਾਂ। ਸੋ ਇਨਸਾਨ ਨੂੰ ਉਸ ਕੁਦਰਤ ਦੇ ਸਿਰਜਣਹਾਰ ਦੇ ਦੀ ਰਜ਼ਾ ਅਨੁਸਾਰ ਹੀ ਜੀਵਨ ਬਤੀਤ ਕਰਨਾ ਪੈਂਦਾ। ਅਗਲਾ ਵਿਸ਼ਾ ਉਹਨਾਂ ਦੀਆਂ ਰਚਨਾਵਾਂ ਦਾ, ਮਨੁੱਖੀ ਜੀਵਨ ਦਾ ਪ੍ਰਯੋਜਨ, ਮਕਸਦ, ਮਨੁੱਖੀ ਜੀਵਨ ਦਾ ਮੰਤਵ। ਗੁਰੂ ਜੀ ਦੇ ਅਨੁਸਾਰ ਹੁਕਮ ਦੇ ਅੰਦਰ ਰਹਿ ਕੇ ਸੱਚ ਦੀ ਭਾਲ ਕਰਨਾ ਹੀ ਇਨਸਾਨੀ ਜੀਵਨ ਦਾ ਮੰਤਵ ਹੈ। ਇਸ ਜੀਵਨ ਵਿੱਚ ਆਉਣ ਦਾ ਇੱਕੋ ਹੀ ਮਕਸਦ ਹੈ ਕਿ ਅਸੀਂ ਪਰਮਾਤਮਾ ਦੀ ਰਜ਼ਾ ਦੇ ਅੰਦਰ ਰਹਿ ਕੇ ਸੱਚ ਦੀ ਭਾਲ ਕਰੀਏ, ਸੱਚ ਨਾਲ ਜੁੜੀਏ, ਵਹਿਮਾਂ ਭਰਮਾਂ ਤੋਂ ਪਰੇ ਰਹੀਏ, ਪਾਖੰਡਾਂ ਤੋਂ ਮੁਕਤ ਹੋਈਏ। ਅਤੇ ਹੁਕਮ ਸ਼ਬਦ ਦਾ ਜਿਹੜਾ ਇੱਥੇ ਅਰਥ ਹੈ, ਉਹ ਕੋਈ ਕਿਸੇ ਰਾਜੇ ਦਾ ਹੁਕਮ ਨਹੀਂ, ਕਿਸੇ ਦੇ ਅੱਗੇ ਝੁਕਣਾ ਨਹੀਂ। ਹੁਕਮ ਤੋਂ ਭਾਵ ਇਸ ਸੰਸਾਰ ਦੇ ਵਿੱਚ ਉਹ ਨਿਯਮ ਜਿਹੜੇ ਹਾਜ਼ਰ ਨੇ, ਜੋ ਸਮੁੱਚੀ ਪ੍ਰਕਿਰਤੀ ਦੇ ਉੱਤੇ ਲਾਗੂ ਹੁੰਦੇ ਨੇ ਅਤੇ ਜਿਸ ਨੂੰ ਕੋਈ ਇਕੱਲਾ ਵਿਅਕਤੀ ਬਦਲ ਨਹੀਂ ਸਕਦਾ। ਸਾਨੂੰ ਸਭ ਨੂੰ ਉਹਨਾਂ ਨਿਯਮਾਂ ਨੂੰ, ਕੁਦਰਤ ਦੇ ਸਿਰਜਣਹਾਰ ਦੇ ਵਰਤਾਰਿਆਂ ਨੂੰ ਸਾਨੂੰ ਸਭ ਨੂੰ ਹੀ ਮੰਨਣਾ ਪੈਂਦਾ। ਕੋਈ ਇੱਕ ਜਾਣਾ ਉਸ ਨੂੰ ਬਦਲ ਨਹੀਂ ਸਕਦਾ। ਇਸ ਨੂੰ ਹੁਕਮ ਸ਼ਬਦ ਦੇ ਨਾਲ ਬਾਣੀ ਦੇ ਵਿੱਚ ਲਿਖਿਆ ਗਿਆ। ਸੋ ਹੁਕਮ ਤੋਂ ਭਾਵ ਕੋਈ ਰਾਜੇ ਦਾ ਹੁਕਮ ਨਹੀਂ ਜਾਂ ਕਿਸੇ ਅਧਿਕਾਰੀ ਦਾ ਹੁਕਮ ਨਹੀਂ, ਸਗੋਂ ਉਸ ਸਿਰਜਣਹਾਰ ਦੁਆਰਾ ਸਾਜੀ ਹੋਈ ਇਸ ਸ੍ਰਿਸ਼ਟੀ ਦੇ ਵਿੱਚ ਜਿਹੜੇ ਨਿਯਮ ਪ੍ਰਚਲਿਤ ਨੇ, ਜੋ ਸਾਰੀ ਪ੍ਰਕਿਰਤੀ ਦੇ ਉੱਤੇ ਹੀ ਲਾਗੂ ਹੁੰਦੇ ਨੇ, ਉਹ ਇਨਸਾਨਾਂ 'ਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦੇ ਨੇ। ਸੋ ਉਸ ਦੇ ਹੁਕਮ ਦੇ ਅੰਦਰ ਰਹਿ ਕੇ ਉਹਨਾਂ ਨਿਯਮਾਂ ਨੂੰ ਮੰਨਦੇ ਹੋਏ ਸੱਚ ਦੀ ਭਾਲ ਕਰਨਾ, ਪਰਮਾਤਮਾ ਦੇ ਨਾਮ ਨਾਲ ਜੁੜਨਾ, ਸੱਚਾ ਸੁੱਚਾ ਜੀਵਨ ਬਤੀਤ ਕਰਨਾ ਹੀ ਮਨੁੱਖੀ ਜੀਵਨ ਦਾ ਮਕਸਦ ਹੈ। ਹੁਣ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦੇ ਅਗਲੇ ਪੱਖ ਦੀ, ਜਿੱਥੇ ਉਹਨਾਂ ਨੇ ਅਧਿਆਤਮਵਾਦ ਦੇ ਨਾਲ ਸਾਨੂੰ ਜੋੜਿਆ। ਉੱਥੇ ਹੀ ਉਹਨਾਂ ਦੀਆਂ ਰਚਨਾਵਾਂ ਦਾ ਜਿਹੜਾ ਸਮਾਜਿਕ ਪੱਖ ਆ, ਉਹ ਵੀ ਘੱਟ ਮਹੱਤਵਪੂਰਨ ਨਹੀਂ। ਉਸ ਵੇਲੇ ਦਾ ਜੋ ਸਮਾਜਿਕ ਅਤੇ ਘਰੋਗੀ ਜੀਵਨ ਸੀ, ਉਸ ਦੇ ਦੀ ਵੀ ਗੁਰੂ ਜੀ ਨੂੰ ਡੂੰਘੀ ਸਮਝ ਸੀ, ਡੂੰਘੀ ਜਾਣਕਾਰੀ ਸੀ। ਉਹਨਾਂ ਦੀ ਬਾਣੀ ਆਸਾ ਦੀ ਵਾਰ ਦੇ ਵਿੱਚ ਉਸ ਵੇਲੇ ਦੀ ਬਹੁਤ ਜ਼ਿਆਦਾ ਨਿਗਰੀ ਹੋਈ ਸਮਾਜਿਕ ਵਿਵਸਥਾ ਦੇ ਬਾਰੇ 'ਚ ਬੜੀਆਂ ਸਹੀ ਟਿੱਪਣੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ। ਉਸ ਵੇਲੇ ਦਾ ਜੋ ਸਮਾਜ ਸੀ, ਉਸ ਦੀਆਂ ਜਿੰਨੀਆਂ ਵੀ ਸੱਭਿਆਚਾਰਕ ਸੰਸਥਾਵਾਂ, ਧਰਮ, ਵਿੱਦਿਆ, ਉਹ ਸਭ ਖੋਖਲੀਆਂ ਹੋ ਚੁੱਕੀਆਂ ਸੀ। ਪਰਿਵਾਰ ਆਪਸ ਦੇ ਵਿੱਚ ਕੋਈ ਮੋਹ ਪਿਆਰ ਨਹੀਂ। ਉਸ ਵੇਲੇ ਦੇ ਜੋ ਧਰਮ ਨਿਭਾਉਣ ਵਾਲੇ ਧਾਰਮਿਕ ਆਗੂ, ਉਹ ਵੀ ਪਤਨ ਦੀ ਅਵਸਥਾ ਦੇ ਵਿੱਚ ਪਹੁੰਚੇ ਹੋਏ ਸੀ, ਆਚਰਣਹੀਨ ਹੋ ਚੁੱਕੇ ਸੀ। ਸੋ ਇਹ ਸਾਰਾ ਕੁਛ ਦੇਖਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਵਿਸ਼ਿਆਂ ਦੇ ਉੱਪਰ ਬਾਣੀ ਦੀ ਰਚਨਾ ਕੀਤੀ ਅਤੇ ਚੋਟ ਕੀਤੀ, ਵਿਅੰਗ ਵੀ ਕੀਤਾ ਕਿ ਉਸ ਸਮੇਂ ਦਾ ਜੋ ਸਮਾਜਿਕ ਹਾਲਾਤ ਸੀ, ਲੋਕਾਂ ਦਾ ਜੀਵਨ ਸੀ, ਉਸ ਦੇ ਵਿੱਚ ਕਿੰਨਾ ਜ਼ਿਆਦਾ ਨਿਘਾਰ ਆ ਚੁੱਕਿਆ ਸੀ, ਕਿਸ ਤਰ੍ਹਾਂ ਉਹ ਖਾਤਮੇ ਦੇ ਕਿਨਾਰੇ 'ਤੇ ਸੀ। ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਦਰਸਾਇਆ ਇਹਨਾਂ ਇਸ ਅੱਤ ਦੀ ਨਿਗਰੀ ਹੋਈ ਹਾਲਤ ਨੂੰ। ਗੁਰੂ ਸ਼ਿਸ਼ ਦਾ ਰਿਸ਼ਤਾ ਦਰਸਾਉਂਦੇ ਹੋਏ ਉਹਨਾਂ ਨੇ ਇੱਕ ਉਹਨਾਂ ਦੀ ਰਚਨਾ ਦੇ ਵਿਚਲੇ ਸ਼ਬਦਾਂ ਦੇ ਨਾਲ ਜੁੜਦੇ ਹਾਂ, ਸਕਰੀਨ 'ਤੇ ਤੁਸੀਂ ਵੇਖ ਪਾ ਰਹੇ ਹੋ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੇ ਪਾਏ, ਵੇਖੇ ਲੋਕ ਹੱਸੇ ਘਰ ਜਾਏ। ਉਸ ਵੇਲੇ ਦੇ ਗੁਰੂਆਂ ਦੀ ਹਾਲਤ ਇਹ ਹੋ ਚੁੱਕੀ ਸੀ ਕਿ ਉਹ ਚੇਲਿਆਂ ਦੇ ਕਹੇ ਅਨੁਸਾਰ ਚੱਲਦੇ ਸੀ ਅਤੇ ਉਹਨਾਂ ਦੇ ਅਨੁਸਾਰ ਹੀ ਜਿਸ ਤਰ੍ਹਾਂ ਦਾ ਕਿਹਾ ਜਾਂਦਾ ਸੀ ਉਸ ਤਰ੍ਹਾਂ ਨਾਲ ਕਰਦੇ ਸੀ। ਸੋ ਇਸ ਤਰ੍ਹਾਂ ਦਾ ਜਦੋਂ ਵਰਤਾਵਾ ਸੀ, ਇਹੋ ਜਿਹੇ ਗੁਰੂ ਚੇਲਿਆਂ ਨੂੰ ਜਾਂ ਸ਼ਿਸ਼ਾਂ ਨੂੰ ਕੀ ਸਿਖਾ ਸਕਦੇ ਸੀ? ਤਾਂ ਲੋਕ ਉਹਨਾਂ ਦੀ ਜਿਹੜੀ ਸਥਿਤੀ ਸੀ ਉਹ ਬੜੀ ਹਾਸੋਹੀਣੀ ਬਣੀ ਹੋਈ ਸੀ। ਲੋਕ ਹੱਸਦੇ ਸੀ ਇਸ ਤਰ੍ਹਾਂ ਦੇ ਵਰਤਾਵੇ 'ਤੇ ਕਿ ਗੁਰੂਆਂ ਦਾ ਆਪਣਾ ਕੋਈ ਕਿਰਦਾਰ,
ਆਪਣੀ ਕੋਈ ਪਛਾਣ ਹੀ ਨਹੀਂ ਰਹਿ ਗਈ ਸੀ ਕਿ ਉਹ ਚੇਲਿਆਂ ਦੇ ਮਗਰ ਲੱਗ ਕੇ ਉਹਨਾਂ ਦੇ ਕਹੇ ਅਨੁਸਾਰ ਸਿੱਖਿਆਵਾਂ ਦਿੰਦੇ ਸੀ। ਤੇ ਉਸ ਵੇਲੇ ਦਾ ਜੋ ਪਰਿਵਾਰਿਕ ਜੀਵਨ ਸੀ, ਜੋ ਉਸ ਵੇਲੇ ਦੇ ਘਰਾਂ ਦੀ ਹਾਲਤ ਸੀ, ਕੋਈ ਕਿਸੇ ਦੇ ਕਹਿਣੇ ਵਿੱਚ ਨਹੀਂ ਸੀ, ਆਪਸ ਦੇ ਵਿੱਚ ਮੋਹ ਪਿਆਰ ਖਤਮ ਹੋ ਚੁੱਕਿਆ ਸੀ, ਪੁੱਤ ਧੀ ਮਾਂ ਬਾਪ ਦੇ ਕਹੇ 'ਤੇ ਨਹੀਂ ਚੱਲਦੇ ਸੀ। ਇਸ ਚੀਜ਼ ਨੂੰ, ਇਸ ਵਿਸ਼ੇ ਨੂੰ ਉਹਨਾਂ ਨੇ ਬਾਣੀ ਦੇ ਵਿੱਚ ਇਸ ਤਰ੍ਹਾਂ ਨਾਲ ਵਿਆਖਿਆ ਕੀਤੀ ਆ, ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਪੁੱਤ ਜਿਨੂਰਾ ਧੀ ਜਿਨੂਰੀ ਜੋਰੂ ਜਿੰਨਾਂ ਦਾ ਸਿੱਖਦਾਰ। ਕਿ ਕਲਯੁੱਗ ਦੇ ਅੰਦਰ ਜਿਵੇਂ ਸਾਰੇ ਜਿੰਨ ਹੀ ਜਨਮ ਲੈ ਚੁੱਕੇ ਨੇ, ਪੁੱਤ ਧੀ ਪਤਨੀ ਕੋਈ ਵੀ ਕਹਿਣੇ ਦੇ ਵਿੱਚ ਨਹੀਂ, ਇਸ ਪ੍ਰਕਾਰ ਦੇ ਜਿਹੜੇ ਪਰਿਵਾਰਿਕ ਰਿਸ਼ਤੇ ਸੀ ਉਹ ਹੋ ਚੁੱਕੇ ਸੀ। ਪਰ ਇਹੋ ਜਿਹੇ ਸਮਾਜ ਦੇ ਨਾਲ ਗੁਰੂ ਜੀ ਦੀ ਸੋਚ ਰਲਦੀ ਨਹੀਂ ਸੀ, ਉਹ ਇਹੋ ਜਿਹੇ ਸਮਾਜ ਦਾ ਵਿਰੋਧ ਕਰਦੇ ਸੀ। ਅਤੇ ਉਹਨਾਂ ਨੇ ਇੱਕ ਆਦਰਸ਼ ਸਮਾਜ ਦੀ ਕਲਪਨਾ ਜਾਂ ਉਸ ਦਾ ਸੰਕਲਪ ਦਿੱਤਾ ਕਿ ਇੱਕ ਇਹੋ ਜਿਹਾ ਸਮਾਜ ਹੋਵੇ, ਨਵਾਂ ਸਮਾਜ ਹੋਵੇ। ਕਿਸ ਤਰ੍ਹਾਂ ਉਹ ਆਪਣੀ ਬਾਣੀ ਦੇ ਵਿੱਚ ਹੀ ਲਿਖਦੇ ਆ, ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀਏ। ਇਹੋ ਜਿਹੇ ਨਵੇਂ ਸਮਾਜ ਨੂੰ ਉਹਨਾਂ ਨੇ ਸਤ ਸੰਗਤ ਦਾ ਨਾਮ ਦਿੱਤਾ। ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀਏ। ਇਹੋ ਜਿਹਾ ਸਮਾਜ ਹੋਵੇ ਜਿੱਥੇ ਵਿਤਕਰੇ ਨਾ ਹੋਣ, ਜਿੱਥੇ ਇੱਕ ਦੂਜੇ ਨਾਲ ਭੇਦਭਾਵ ਨਾ ਹੋਵੇ। ਇੱਕੋ ਨਾਮ, ਇੱਕੋ ਨਾਮ ਤੋਂ ਕੀ ਭਾਵ, ਇੱਕ ਰੱਬ ਦੇ ਵਿੱਚ ਵਿਸ਼ਵਾਸ ਹੋਵੇ, ਸਾਰੇ ਧਰਮਾਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਨਾ ਪਏ ਹੋਣ, ਇੱਕ ਰੱਬ ਮੰਨਣ, ਉਸੇ ਦੇ ਵਿੱਚ ਵਿਸ਼ਵਾਸ ਕਰਨ, ਅਤੇ ਸਮਾਜਿਕ ਏਕਤਾ ਹੋਵੇ, ਆਪਸ ਦੇ ਵਿੱਚ ਝਗੜੇ ਦੰਗੇ ਫਸਾਦ ਇਹ ਸਭ ਕੁਝ ਨਾ ਹੋਵੇ, ਅਤੇ ਮਨੁੱਖਤਾ ਦੀ ਸਾਂਝ ਹੋਵੇ, ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਮਿਲ ਕੇ ਚੱਲਣਾ। ਇਹੋ ਜਿਹਾ ਇੱਕ ਆਦਰਸ਼ ਸਮਾਜ ਦੀ ਸਿਰਜਣਾ ਉਹ ਕਰਨਾ ਚਾਹੁੰਦੇ ਸੀ, ਜਾਂ ਉਹਨਾਂ ਦੇ ਮਨ ਦਾ ਜਿਹੜਾ ਵਿਚਾਰ ਸੀ ਉਹ ਇਸ ਤਰ੍ਹਾਂ ਸੀ ਕਿ ਸਮਾਜ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਨਾਲ ਏਕਤਾ ਦੇ ਵਿੱਚ ਹੋਵੇ, ਅਤੇ ਸਭ ਦੀ ਜਿਹੜੀ ਬਿਹਤਰੀ ਆ ਉਹ ਹੋਵੇ। ਇਹੋ ਜਿਹਾ ਸਮਾਜ ਜਿਸ ਦੇ ਵਿੱਚ ਸਾਰੇ ਖੁਸ਼ ਹੋਣ, ਅਤੇ ਪਦਾਰਥਿਕ ਜਿਹੜੀ ਉਹਨਾਂ ਦੀ ਉੱਨਤੀ ਆ ਉਹ ਵੀ ਤਾਂ ਹੀ ਸੰਭਵ ਹੈ ਜਦੋਂ ਏਕਤਾ ਦਾ ਵਰਤਾਰਾ ਹੋਵੇ। ਅਗਲਾ ਪੱਖ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ, ਉਹਨਾਂ ਦੀ ਰਚਨਾ ਦਾ, ਉਹ ਹੈ ਰਾਜਨੀਤਿਕ ਚੇਤਨਾ। ਗੁਰੂ ਨਾਨਕ ਦੇਵ ਜੀ ਸ਼ਾਇਦ ਪੰਜਾਬੀ ਦੇ ਅਜਿਹੇ ਪਹਿਲੇ ਸ਼ਾਇਰ ਹੋਏ ਜੋ ਅਧਿਆਤਮਵਾਦ ਦੇ ਨਾਲ ਨਾਲ, ਜਿਨ੍ਹਾਂ ਨੇ ਉਸ ਸਮੇਂ ਦੇ ਰਾਜਨੀਤਿਕ ਵਰਤਾਰਿਆਂ ਦੇ ਉੱਪਰ ਵੀ ਰਚਨਾਵਾਂ ਲਿਖੀਆਂ, ਉਸ ਸਮੇਂ ਦੀ ਰਾਜਨੀਤੀ ਦੇ ਬਾਰੇ ਵਿੱਚ ਉਹਨਾਂ ਦੀ ਚੇਤਨਾ, ਉਹਨਾਂ ਦੀ ਸੋਚ ਬਹੁਤ ਜ਼ਿਆਦਾ। ਉਹਨਾਂ ਨੇ ਅਯੋਗ ਰਾਜਿਆਂ ਦੇ ਉੱਪਰ ਵਿਅੰਗ ਕੱਸੇ ਨੇ ਆਪਣੀ ਬਾਣੀ ਦੇ ਵਿੱਚ। ਰਾਜੇ ਜਿਹੜੇ ਸੀ, ਜਿਹੜੇ ਸਹੀ ਕੰਮ ਨਹੀਂ ਕਰ ਰਹੇ ਸੀ, ਉਹੋ ਜਿਹੇ ਰਾਜਿਆਂ ਵਾਸਤੇ ਉਹਨਾਂ ਨੇ ਬੜੇ ਕਠੋਰ ਸ਼ਬਦ ਜਿਵੇਂ ਕੁੱਤਾ, ਸ਼ੀਂ ਅਤੇ ਕਸਾਈ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਆ। ਇਹੋ ਜਿਹੇ ਰਾਜੇ ਜਿਹੜੇ ਸਿਰਫ ਪਰਜਾ ਨੂੰ ਲੁੱਟਣ ਖਾਤਰ ਰਾਜੇ ਬਣੇ ਹੋਏ ਸੀ, ਪਰਜਾ ਦੀ ਭਲਾਈ ਵਾਸਤੇ, ਉਹਨਾਂ ਦੀ ਬਿਹਤਰੀ ਵਾਸਤੇ ਕੋਈ ਕੰਮ ਨਹੀਂ ਕਰਦੇ ਸੀ, ਸਿਰਫ ਉਹਨਾਂ ਦੇ ਉੱਪਰ ਰਾਜ ਕਰਦੇ ਸੀ, ਉਹੋ ਜਿਹੇ ਰਾਜਿਆਂ ਨੂੰ ਗੁਰੂ ਜੀ ਨੇ ਬਾਣੀ ਰਾਹੀਂ ਦਰਸਾਇਆ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਰਾਜੇ ਜਿਹੜੇ ਸੀ ਉਹ ਅਤੇ ਉਹਨਾਂ ਦੇ ਵਜ਼ੀਰ ਸਾਰੇ ਹੀ ਆਚਰਣਹੀਨ ਹੋ ਚੁੱਕੇ ਸੀ, ਉਹਨਾਂ ਨੂੰ ਪਰਜਾ ਦਾ, ਲੋਕਾਂ ਦੇ ਦੀ ਭਲਾਈ ਦਾ ਕੋਈ ਵੀ ਫਿਕਰ ਨਹੀਂ ਸੀ। ਸੋ ਇਸ ਤਰ੍ਹਾਂ ਵਿਸ਼ਿਆਂ ਬਾਰੇ ਜਦੋਂ ਅਸੀਂ ਗੱਲ ਕਰ ਲਈ ਕਿ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਕਿਸ ਤਰ੍ਹਾਂ ਦੇ ਵਿਸ਼ੇ ਬਿਲਕੁਲ ਅਲੱਗ ਅਲੱਗ ਵਰਗਾਂ 'ਤੇ ਆਧਾਰਿਤ ਜਿਹੜੀ ਬਾਣੀ ਆ ਉਸਦੀ ਰਚਨਾ ਹੋਈ ਗੁਰੂ ਨਾਨਕ ਦੇਵ ਜੀ ਵੱਲੋਂ, ਹੁਣ ਗੱਲ ਕਰਦੇ ਹਾਂ ਰੂਪਕ ਪੱਖ ਦੀ। ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦਾ ਰੂਪਕ ਪੱਖ, ਬਣਤਰ ਦੇ ਪੱਖੋਂ ਇਹ ਰਚਨਾਵਾਂ ਕਿਸ ਤਰ੍ਹਾਂ ਨੇ, ਉਹਨਾਂ ਦੀਆਂ ਕੀ ਖੂਬੀਆਂ ਨੇ। ਬੱਚਿਓ, ਸ਼ੁਰੂ 'ਚ ਵੀ ਆਪਾਂ ਗੱਲ ਕਰ ਚੁੱਕੇ ਕਿ ਉਹਨਾਂ ਦੀ ਸਾਰੀ ਬਾਣੀ ਰਾਗ ਬੱਧ ਹੈ, ਜਪਜੀ ਸਾਹਿਬ ਨੂੰ ਛੱਡ ਕੇ
19 ਰਾਗਾਂ ਦੀ ਵਰਤੋਂ ਉਹਨਾਂ ਦੀ ਬਾਣੀ ਦੇ ਵਿੱਚ ਹੋਈ ਆ। ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਰਚਨਾ ਹੈ ਉਸ ਦੇ ਵਿੱਚ ਕਾਵ ਬਿੰਬ, ਪ੍ਰਤੀਕ, ਸਰੋਧੀ ਅੰਸ਼, ਬੋਲੀ ਉਹਨਾਂ ਨੇ ਜੋ ਵਰਤੀ ਆ ਅਤੇ ਸ਼ੈਲੀ, ਉਹ ਰਚਨਾਵਾਂ ਨੂੰ ਬਹੁਤ ਜ਼ਿਆਦਾ ਸੁੰਦਰ ਬਣਾਉਂਦੇ ਨੇ। ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਜਿਹੜੀ ਬਿੰਬਾਵਲੀ ਹੈ ਉਹ ਬਹੁਤ ਵੰਨ ਸੁਵੰਨੀ ਆ। ਬਹੁਤ ਸਾਰੀਆਂ ਉਦਾਹਰਨਾਂ ਆਮ ਜੀਵਨ ਦੇ ਵਿੱਚੋਂ, ਘਰੋਗੀ ਜੀਵਨ ਦੇ ਵਿੱਚੋਂ, ਪ੍ਰਾਕਿਰਤਿਕ ਹਵਾਲੇ ਅਤੇ ਭਗਤ ਅਤੇ ਰੱਬ ਦੇ ਰਿਸ਼ਤੇ ਨੂੰ ਪਤੀ ਪਤਨੀ ਦੇ ਪ੍ਰਤੀਕ ਵਿੱਚ ਜਾਂ ਉਹਨਾਂ ਦੇ ਰਾਹੀਂ ਦਰਸਾਉਣਾ, ਇਹ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦੇ ਵਿੱਚ ਆਮ ਵੇਖਣ ਨੂੰ ਮਿਲਦਾ। ਸੋ ਬੱਚਿਓ, ਇੱਕ ਸ਼ਬਦ ਇੱਥੇ ਆਇਆ ਹੈ ਬਿੰਬਾਵਲੀ ਜਾਂ ਬਿੰਬ, ਇਸ ਦਾ ਅਰਥ ਹੁੰਦਾ ਸ਼ਬਦ ਚਿੱਤਰ। ਕਈ ਵਾਰੀ ਇਹੋ ਜਿਹੇ ਸ਼ਬਦ ਇਸ ਤਰ੍ਹਾਂ ਨਾਲ ਵਿਆਖਿਆ ਕੀਤੀ ਜਾਂਦੀ ਹੈ ਕਵੀਆਂ ਦੇ ਵੱਲੋਂ ਰਚਨਾਵਾਂ ਦੇ ਵਿੱਚ ਕਿ ਸਾਡੇ ਸਾਹਮਣੇ ਇੱਕ ਬੜੀ ਉਸੇ ਤਰ੍ਹਾਂ ਦੀ ਤਸਵੀਰ ਉੱਭਰ ਕੇ ਸਾਡੇ ਮਨ ਦੇ ਵਿੱਚ ਆਉਂਦੀ ਆ। ਸੋ ਇਹੋ ਜਿਹੇ ਸ਼ਬਦ ਜਿਹੜੇ ਸਾਡੇ ਮਨ ਦੇ ਵਿੱਚ ਇੱਕ ਤਸਵੀਰ ਸਾਕਾਰ ਕਰ ਦੇਣ, ਉਹਨਾਂ ਨੂੰ ਸ਼ਬਦ ਚਿੱਤਰ ਜਾਂ ਬਿੰਬ ਦਾ ਨਾਮ ਦਿੱਤਾ ਜਾਂਦਾ। ਤੁਸੀਂ ਜਦੋਂ ਕਵਿਤਾ ਸਾਹਿਤ ਰੂਪ ਦੇ ਬਾਰੇ ਵਿੱਚ ਪੜ੍ਹਿਆ ਉਹਦੇ ਵਿੱਚ ਇਹ ਵੇਰਵੇ ਜਿਹੜੇ ਆ ਦਿੱਤੇ ਗਏ ਨੇ, ਪਰ ਫਿਰ ਵੀ ਅਕਸਰ ਬੱਚੇ, ਇਹ ਮੇਰਾ ਜਿਹੜਾ ਆਪਣਾ ਤਜਰਬਾ ਹੈ ਕਿ ਬੱਚੇ ਇਸ 'ਤੇ ਕੁਐਸਚਨ ਪੁੱਛਦੇ ਆ, ਅਟਕਦੇ ਨੇ ਕਿ ਬਿੰਬ ਕੀ ਆ ਜੀ ਵਾਰ ਵਾਰ। ਇਸ ਲਈ ਮੈਂ ਦੁਬਾਰਾ ਵੀ ਇੱਥੇ ਗੱਲ ਕਰ ਦਿੱਤੀ ਕਿ ਬਿੰਬਾਵਲੀ ਤੋਂ ਭਾਵ ਬਿੰਬਾਂ ਤੋਂ ਭਾਵ ਅਜਿਹੇ ਸ਼ਬਦ ਚਿੱਤਰਾਂ ਤੋਂ ਹੈ, ਅਜਿਹੀਆਂ ਉਦਾਹਰਨਾਂ ਜੋ ਆਮ ਜੀਵਨ 'ਚੋਂ ਲਈਆਂ, ਪ੍ਰਾਕਿਰਤਿਕ ਵੇਰਵੇ ਨੇ ਅਤੇ ਉਹ ਸ਼ਬਦ ਦੇ ਨਾਲ ਹੀ ਸਾਡੇ ਮਨ ਦੇ ਵਿੱਚ ਇੱਕ ਚਿੱਤਰ ਉੱਭਰ ਕੇ ਆ ਜਾਂਦਾ, ਉਹਨਾਂ ਨੂੰ ਬਿੰਬ ਆਖਿਆ ਜਾਂਦਾ। ਸੋ ਇਹ ਉਹਨਾਂ ਦੀ ਰਚਨਾ ਦੀਆਂ ਖੂਬੀਆਂ ਬਾਰੇ ਆਪਾਂ ਗੱਲਾਂ ਕਰ ਰਹੇ ਹਾਂ, ਰੂਪਕ ਪੱਖ ਦੀਆਂ। ਰੂਪਕ ਤੋਂ ਭਾਵ ਬਣਤਰ ਪੱਖੋਂ ਕਿਸ ਤਰ੍ਹਾਂ ਦੀ ਰਚਨਾ ਲਿਖੀ ਗਈ ਆ, ਉਹਦੇ ਵਿੱਚ ਕੀ ਖੂਬੀਆਂ ਨੇ, ਕੀ ਵਿਸ਼ੇਸ਼ਤਾਵਾਂ ਨੇ। ਹੁਣ ਗੱਲ ਕਰਦੇ ਹਾਂ ਭਾਸ਼ਾ, ਕਿਉਂਕਿ ਕਿਸੇ ਵੀ ਲਿਖਤ ਦਾ ਕੱਚਾ ਮਸਾਲਾ ਭਾਸ਼ਾ ਹੋਇਆ ਕਰਦੀ ਆ। ਭਾਸ਼ਾ ਆਮ ਲੋਕਾਂ ਦੀ ਭਾਸ਼ਾ ਵਰਤੀ ਗਈ ਹੈ ਬਾਣੀ ਦੇ ਵਿੱਚ, ਅਤੇ ਨਾਲ ਨਾਲ ਅਰਬੀ, ਫਾਰਸੀ, ਸੰਸਕ੍ਰਿਤ, ਅਪਭ੍ਰੰਸ਼ ਅਤੇ ਸਾਧ ਭਾਸ਼ਾਵਾਂ ਦਾ ਰਲੇਵਾਂ ਹੈਗਾ। ਭਾਸ਼ਾ ਜਿਹੜੀ ਆ ਬਹੁਤ ਸੁੰਦਰ ਅਤੇ ਅਲੰਕ੍ਰਿਤ ਹੈ। ਪੜ੍ਹਦੇ ਪੜ੍ਹਦੇ ਹੀ ਉਹਦੇ ਵਿੱਚ ਇੱਕ ਸੰਗੀਤਕ ਅੰਸ਼, ਇੱਕ ਸਰੋਧੀ ਅੰਸ਼ ਜਿਹੜਾ ਉਹ ਆ ਹਾਜ਼ਰ ਹੁੰਦਾ। ਹੁਣ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦੀ ਸ਼ੈਲੀ ਦੇ ਬਾਰੇ ਵਿੱਚ। ਸ਼ੈਲੀ ਸ਼ਬਦ ਦਾ ਅਰਥ ਕੀ ਹੁੰਦਾ? ਸ਼ੈਲੀ ਤੋਂ ਭਾਵ ਲਿਖਣ ਦਾ ਤਰੀਕਾ। ਅੰਗਰੇਜ਼ੀ ਦੇ ਵਿੱਚ ਇਹਦੇ ਪੈਰਲਲ ਸ਼ਬਦ ਚੱਲਦਾ ਸਟਾਈਲ ਆਫ ਰਾਈਟਿੰਗ। ਸਟਾਈਲ ਆਫ ਰਾਈਟਿੰਗ ਭਾਵ ਸ਼ੈਲੀ ਕਿਸ ਤਰ੍ਹਾਂ ਦੀ ਆ ਉਹਨਾਂ ਦੀਆਂ ਰਚਨਾਵਾਂ ਦੀ। ਵਿਸ਼ਿਆਂ ਬਾਰੇ ਆਪਾਂ ਗੱਲ ਕਰ ਹੀ ਲਈ ਤਾਂ ਲਿਖਣ ਦਾ ਜਿਹੜਾ ਸਟਾਈਲ ਹੈ ਉਪਦੇਸ਼ਾਤਮਿਕ ਹੈ। ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਉਹ ਸਾਨੂੰ ਚੰਗੇ ਗੁਣ ਧਾਰਨ ਕਰਨ ਦਾ ਉਪਦੇਸ਼ ਵੀ ਦਿੰਦੀਆਂ ਨੇ, ਸਲਾਹ ਦਿੰਦੀਆਂ ਨੇ। ਦਾਰਸ਼ਨਿਕ ਹੈ, ਵਿਚਾਰਧਾਰਾਵਾਂ 'ਤੇ ਆਧਾਰਿਤ ਹੈ, ਫਿਲੋਸਫੀ ਦੇ ਨਾਲ ਜੁੜਦੇ ਹਾਂ ਅਸੀਂ, ਡੂੰਘੇ ਵਿਚਾਰ ਸਾਡੇ ਮਨ ਸਾਡਾ ਮਨ ਗ੍ਰਹਿਣ ਕਰਦਾ ਉਹਨਾਂ ਦੀ ਰਚਨਾ ਪੜ੍ਹਨ ਤੋਂ ਬਾਅਦ। ਵਿਅੰਗਾਤਮਿਕ ਸ਼ੈਲੀ ਵੀ ਹੈ। ਬਹੁਤ ਸਾਰੀਆਂ ਰਚਨਾਵਾਂ ਦੇ ਵਿੱਚ, ਖਾਸ ਕਰਕੇ ਜਿਨ੍ਹਾਂ ਦੇ ਵਿੱਚ ਸਮਾਜਿਕ ਵਿਸ਼ੇ ਛੋਏ ਗਏ ਆ ਅਤੇ ਰਾਜਨੀਤਿਕ ਵਿਸ਼ੇ ਆਏ ਨੇ, ਉੱਥੇ ਗੁਰੂ ਜੀ ਦਾ ਜਿਹੜਾ ਲਿਖਣ ਦਾ ਤਰੀਕਾ ਉਹ ਬਹੁਤ ਵਿਅੰਗਾਤਮਿਕ ਹੋ ਨਿਬੜਦਾ। ਸੋ ਇਸ ਤਰ੍ਹਾਂ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਵਿੱਚ ਅਸੀਂ ਅੱਜ ਦੇ ਇਸ ਪਾਠ ਦੇ ਵਿੱਚ ਕਾਫੀ ਸਾਰੀਆਂ ਗੱਲਾਂ, ਕਾਫੀ ਸਾਰੀ ਚਰਚਾ ਕਰ ਲਈ। ਬੱਚਿਓ, ਗੁਰੂ ਨਾਨਕ ਦੇਵ ਜੀ ਦਾ ਪੂਰਾ ਜੀਵਨ ਲੋਕਾਂ ਦੀ ਜੀਵਨ ਸ਼ੈਲੀ ਨੂੰ, ਲੋਕਾਂ ਦੇ ਜੀਵਨ ਨੂੰ ਸੁਧਾਰਨ, ਉਹਨਾਂ ਦੀ ਰਹਿਤਲ ਬਹਿਤਲ ਨੂੰ ਝੰਜੋੜ ਵੱਲ ਰਿਹਾ। ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਸਿੱਖ ਗੁਰੂਆਂ ਦੀ ਵਿਚਾਰਧਾਰਾ ਨੇ ਪੰਜਾਬੀਆਂ ਦੀ ਰਹਿਣੀ ਬਹਿਣੀ ਨੂੰ ਇੱਕਦਮ ਜਿਵੇਂ ਝੰਜੋੜ ਦਿੱਤਾ, ਇੱਕਦਮ ਹੀ ਸਾਡੀ ਜੀਵਨ ਸ਼ੈਲੀ ਦੇ ਵਿੱਚ ਫਰਕ ਆ ਗਿਆ। ਜਿਸ ਤਰ੍ਹਾਂ ਦੀ ਵਿਚਾਰਧਾਰਾ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਪ੍ਰਦਾਨ ਕੀਤੀ, ਸੱਚਾ ਅਤੇ ਸੁੱਚਾ ਜੀਵਨ, ਹੱਥੀਂ ਕੰਮ ਕਰਨਾ, ਆਪਣੇ ਹੱਥੀਂ ਆਪਣੀ ਕਿਰਤ ਆਪ ਕਮਾਉਣਾ, ਵੰਡ ਕੇ ਛਕਣਾ, ਨਾਮ ਜਪਣਾ, ਇਹੋ ਜਿਹੇ ਸੰਕਲਪਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਸਾਡੇ ਸਮਾਜ ਨੂੰ ਜੋੜਿਆ ਅਤੇ ਉਹਨਾਂ ਦੀਆਂ ਰਚਨਾਵਾਂ ਵੀ ਇਹੋ ਜਿਹੇ ਵਿਸ਼ੇ ਉਹਨਾਂ ਨੇ ਸਾਨੂੰ ਦਿੱਤੇ
ਕਿ ਸਾਡਾ ਜਿਹੜਾ ਜੀਵਨ ਹੈ ਉਸ ਦੇ ਵਿੱਚ ਬਦਲਾਵ ਆਉਂਦਾ ਹੈ, ਅਸੀਂ ਬਿਹਤਰੀ ਵਾਲੇ ਪਾਸੇ ਚੱਲਦੇ ਹਾਂ। ਸੋ ਰਚਨਾਵਾਂ ਦੇ ਰਾਹੀਂ ਹੀ ਅਸੀਂ ਉਹਨਾਂ ਦੀ ਸ਼ਖਸੀਅਤ ਨੂੰ ਹੋਰ ਡੂੰਘੇਰਾ ਪਛਾਣਦੇ ਹਾਂ। ਸੋ ਸਾਹਿਤ ਦੇ ਵਿਦਿਆਰਥੀ ਹੋਣ ਦੇ ਨਾਲ ਨਾਲ ਸਾਹਿਤ ਦੀ ਪੜਚੋਲ ਕਰਨਾ ਕਿਸੇ ਵੀ ਸ਼ਖਸੀਅਤ ਨੂੰ ਉਸ ਦੀਆਂ ਸਾਹਿਤਕ ਰਚਨਾਵਾਂ ਦੇ ਰਾਹੀਂ ਪਛਾਣਨਾ ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਤਜਰਬੇ ਹੋਣਗੇ, ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਹੋਏਗਾ, ਇਹ ਇੱਕ ਸਾਹਿਤ ਜਿਗਿਆਸੂ ਵਿਦਿਆਰਥੀ ਦੀ ਸੋਚ ਹੋਣੀ ਚਾਹੀਦੀ ਆ। ਸੋ ਬੱਚਿਓ, ਤੁਸੀਂ ਸਾਹਿਤ ਦੇ ਨਾਲ, ਪੰਜਾਬੀ ਸਾਹਿਤ ਦੇ ਨਾਲ ਜੁੜੇ ਹੋਏ ਹੋ। ਅੱਜ ਦਾ ਜਿਹੜਾ ਇਹ ਪਾਠ ਹੈ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀ ਕਾਵਿ ਰਚਨਾ 'ਤੇ ਆਧਾਰਿਤ ਜਿਹੜਾ ਨੋਟ ਲਿਖਣਾ ਤੁਹਾਨੂੰ ਪੇਪਰ ਦੇ ਵਿੱਚ ਆਉਂਦਾ ਹੈ, ਉਸ ਦਾ ਉੱਤਰ ਤੁਸੀਂ ਬਾਖੂਬੀ ਬਣਾ ਸਕਦੇ ਹੋ। ਇਸੇ ਹੀ ਵਿਸ਼ੇ 'ਤੇ ਇਸੇ ਹੀ ਪ੍ਰਸ਼ਨ ਦੀ ਹੋਰ ਤਿਆਰੀ ਬਾਕੀ ਕਵੀਆਂ ਦੇ ਜੀਵਨ ਅਤੇ ਕਾਵਿ ਰਚਨਾ 'ਤੇ ਨੋਟ ਲਿਖਣੇ ਕਿਵੇਂ ਚਾਹੀਦੇ ਨੇ, ਉਹਦੇ ਲਈ ਹੁਣੇ ਤੋਂ ਹੀ ਨੋਟਸ ਬਣਾਉਣੇ ਸ਼ੁਰੂ ਕਰ ਦਿਓ। ਕਿਤਾਬਾਂ ਦੇ ਵਿੱਚ ਸਭ ਕੁਝ ਲਿਖਿਆ ਹੋਇਆ, ਬਸ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਹੈ। ਇਸ ਪ੍ਰਸ਼ਨ ਨੂੰ ਬੱਚਿਆਂ ਦੇ ਵੱਲੋਂ ਔਖਾ ਮੰਨਿਆ ਜਾਂਦਾ ਕਿਉਂਕਿ ਇਹ ਵੱਡੇ ਉੱਤਰਾਂ ਵਾਲਾ ਪ੍ਰਸ਼ਨ ਹੁੰਦਾ ਅਤੇ ਲਿਖਣ ਲਈ ਕਾਫੀ ਮਟੀਰੀਅਲ, ਬਹੁਤ ਸਾਰੇ ਸਮੱਗਰੀ ਦੀ ਲੋੜ ਤੁਹਾਨੂੰ ਪੈਂਦੀ ਆ, ਅਤੇ ਐਵੇਂ ਕਿਵੇਂ ਕੰਮ ਨਹੀਂ ਚੱਲਦਾ। ਅਕਸਰ ਮੈਂ ਦੇਖਦੀ ਹਾਂ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਕਾਵਿ ਰਚਨਾ 'ਤੇ ਨੋਟ ਲਿਖਣਾ ਹੁੰਦਾ ਤਾਂ ਵਿਦਿਆਰਥੀਆਂ ਦੇ ਵੱਲੋਂ ਬਹੁਤਾ ਛੋਟੀਆਂ ਜਮਾਤਾਂ ਦੇ ਵਿੱਚ ਪੜ੍ਹਿਆ ਗੁਰੂ ਨਾਨਕ ਦੇਵ ਜੀ ਦਾ ਲੇਖ ਹੀ ਲਿਖ ਦਿੱਤਾ ਜਾਂਦਾ, ਜੀਵਨ ਦੀਆਂ ਉਹੀ ਘਟਨਾਵਾਂ ਜੋ ਤੁਸੀਂ ਛੋਟੀ ਜਮਾਤਾਂ ਦੇ ਵਿੱਚ ਪੜ੍ਹ ਕੇ ਆਏ ਹੋ। ਬੱਚਿਓ, ਇੱਥੇ ਸਾਨੂੰ ਸੰਤੁਲਨ ਲੈ ਕੇ ਆਉਣਾ। ਜੀਵਨ ਦੇ ਬਾਰੇ ਵਿੱਚ ਅਸੀਂ ਥੋੜ੍ਹਾ ਲਿਖਣਾ ਇੱਕ ਪੈਰਾ, ਅਤੇ ਬਹੁਤਾ ਉਹਨਾਂ ਦੀਆਂ ਰਚਨਾਵਾਂ 'ਤੇ ਆਧਾਰਿਤ ਕਰਨਾ ਆਪਣੇ ਉੱਤਰ ਨੂੰ। ਰਚਨਾਵਾਂ ਦੇ ਵਿਸ਼ੇ, ਉਹਨਾਂ ਦੀ ਬਣਤਰ, ਰੂਪਕ ਪੱਖ ਤੋਂ ਕੀ ਖੂਬੀਆਂ, ਭਾਸ਼ਾ ਕਿਸ ਤਰ੍ਹਾਂ ਦੀ ਆ, ਲਿਖਣ ਦਾ ਸਟਾਈਲ ਕਿਹੋ ਜਿਹਾ ਹੈ, ਕਿਸ ਤਰ੍ਹਾਂ ਦੇ ਬਿੰਬ, ਕਿਸ ਤਰ੍ਹਾਂ ਦੇ ਪ੍ਰਤੀਕ ਵਰਤੇ ਗਏ ਨੇ ਕਵੀ ਵੱਲੋਂ, ਉਹਨਾਂ ਦੇ ਉੱਪਰ ਅਸੀਂ ਜ਼ਿਆਦਾ ਲਿਖਣਾ। ਸੋ ਉਦਾਹਰਨਾਂ ਵੀ ਦੇਣੀਆਂ ਉਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ। ਸੋ ਇਸ ਪ੍ਰਕਾਰ ਜਦੋਂ ਤੁਸੀਂ ਪ੍ਰਸ਼ਨ ਦਾ ਉੱਤਰ ਤਿਆਰ ਕਰਦੇ ਹੋ ਤਾਂ ਪੂਰੇ ਦੇ ਪੂਰੇ ਅੰਕ ਜਿਹੜੇ ਨੇ ਤੁਹਾਨੂੰ ਮਿਲਣੇ ਹੀ ਮਿਲਣੇ ਆ। ਕੋਈ ਵੀ ਪੇਪਰ ਚੈੱਕ ਕਰਨ ਵਾਲੇ ਜਿਹੜੇ ਅਧਿਆਪਕ ਨੇ ਉਹ ਇਸੇ ਗੱਲ ਦੀ ਆਸ ਕਰਦੇ ਨੇ ਕਿ ਤੁਸੀਂ ਇਸ ਪ੍ਰਕਾਰ ਉੱਤਰ ਜਿਹੜਾ ਉਹ ਲਿਖੋ। ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦੀ ਪ੍ਰਸੰਗ ਸਹਿਤ ਵਿਆਖਿਆ ਵੀ ਸਾਨੂੰ ਪੁੱਛੀ ਜਾਂਦੀ ਆ। ਗੁਰੂ ਜੀ ਦੀਆਂ ਰਚਨਾਵਾਂ ਦੇ ਬਾਰੇ ਵਿੱਚ ਵੀ ਲੈਕਚਰ ਜਿਹੜੇ ਨੇ ਉਹ ਹੋਣਗੇ। ਇਹਨਾਂ ਦੀਆਂ ਰਚਨਾਵਾਂ ਗਿਣਤੀ ਦੇ ਵਿੱਚ 8 ਸ਼ਬਦ ਤੁਹਾਡੀ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਹੋਏ ਨੇ। 8 ਦੇ 8 ਇੱਕ ਲੈਕਚਰ ਵਿੱਚ ਸੰਭਵ ਨਹੀਂ ਹੋਣਗੇ। ਵੰਡ ਕੇ ਇਹਨਾਂ ਨੂੰ ਅਸੀਂ ਉਹਨਾਂ ਪਾਰਟ 1 ਪਾਰਟ 2 ਕਰਕੇ ਇਹਨਾਂ ਲੈਕਚਰਾਂ ਦੇ ਰਾਹੀਂ ਕਰਾਂਗੇ ਅਗਲੇ ਆਉਂਦੇ ਮਹੀਨਿਆਂ ਦੇ ਦੌਰਾਨ ਜਿਹੜੇ ਲੈਕਚਰ ਹੋਣਗੇ। ਸੋ ਅੱਜ ਦਾ ਜਿਹੜਾ ਇਹ ਪਾਠ ਹੈ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਕਾਵਿ ਰਚਨਾਵਾਂ ਦੇ ਬਾਰੇ ਵਿੱਚ ਸੀ। ਮੇਰਾ ਅਨੁਮਾਨ ਹੈ, ਅੰਦਾਜ਼ਾ ਵੀ ਹੈ, ਅੰਦਾਜ਼ਾ ਹੀ ਲਗਾ ਸਕਦੀ ਹਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਏਗਾ ਅਤੇ ਜੋ ਵੀ ਮੇਨ ਪੁਆਇੰਟਸ ਲਿਖ ਕੇ ਆਏ ਨੇ ਉਹ ਤੁਸੀਂ ਵੀ ਆਪਣੀਆਂ ਕਾਪੀਆਂ 'ਤੇ ਨੋਟ ਕੀਤੇ ਹੋਣਗੇ। ਸੋ ਬੱਚਿਓ, ਇਸੇ ਤਰ੍ਹਾਂ ਪਿਆਰ ਦੇ ਨਾਲ ਇਸ ਪੰਜਾਬੀ ਸਾਹਿਤ ਦੇ ਖਜ਼ਾਨੇ ਦੇ ਨਾਲ ਜੁੜੇ ਰਹੋ। ਜੋ ਕੁਝ ਹਾਸਿਲ ਕਰ ਜਾਓਗੇ ਉਹ ਤੁਹਾਨੂੰ ਖੁਦ ਵੀ ਨਹੀਂ ਪਤਾ ਲੱਗਣਾ ਕਿ ਕਦੋਂ ਤੁਸੀਂ ਕਿੰਨਾ ਕੁਝ ਸਿੱਖ ਲਿਆ। ਸੋ ਅੱਜ ਦੇ ਇਸ ਪਾਠ ਦੇ ਵਿੱਚ ਮੇਰੇ ਨਾਲ ਇੱਦਾਂ ਹੀ ਸ਼ਿੱਦਤ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।